ਪਹਿਲਾਂ ਇੱਕ ਪ੍ਰਥਾ ਹੁੰਦੀ ਹੈ ਕੋਈ ਸੋਚ ਦੇ ਮਰਾਬ ਕਈ ਲੋਕ ਜਨਨ ਇਲੈਕਸ਼ਨਾਂ ਦੇ ਵਿੱਚ ਇੱਕ ਪ੍ਰਥਾ ਹੁੰਦੀ ਹੈ ਆਵਾਜਾਈਂ ਜਿਹੜੀ ਕੋਈ ਇਧਰੋਂ ਸੂਟ ਨਹੀਂ ਕਰਦਾ ਦੂਸਰੇ ਪਾਸੇ ਚਲਾ ਗਿਆ ਕੋਈ ਦੂਸਰੇ ਜਿਹੜੇ ਆ ਕੋਈ ਪਾਲਸੀਆਂ ਦੇ ਉੱਤੇ ਕੋਈ ਚਨਾਵੀ ਘੋਸ਼ਣਾ ਪੱਤਰਾਂ ਦੇ ਉੱਤੇ ਲੋਕ ਆਪਣੇ ਪਲੇਟਫਾਰਮਸ ਨੂੰ ਬਦਲਦੇ ਆ ਬਾਈ ਇਲੈਕਸ਼ਨਾਂ ਦੇ ਵਿੱਚ ਕੋਈ ਐਸੀ ਗੱਲ ਨਹੀਂ ਗੀਨੀ ਜੀ ਨਾ 90% ਬਾਈ ਇਲੈਕਸ਼ਨਸ ਜਿਹੜੀਆਂ ਵਾਂ ਉਹ ਕਈ ਵਾਰੀ ਜਿਹੜੀਆਂ ਸਟੇਟ ਟੂਰਨ ਸਰਕਾਰਾਂ ਵਾਂ ਉਹਨਾਂ ਦੇ ਪ੍ਰਭਾਵ ਚ ਹੁੰਦੀ ਹੈ ਕਿਉਂਕਿ ਸਰਕਾਰੀ ਮਸ਼ੀਨਰੀ ਦਾ ਬਾਈ ਇਲੈਕਸ਼ਨਸ ਵਿੱਚ ਦੁਰਉਪਯੋਗ ਸਟੇਟਾਂ ਕਰਦੀਆਂ ਹੀ ਕਰਦੀਆਂ ਔਰ ਇੱਥੇ ਵੀ ਹੋਣੀਆਂ ਲੇਕਿਨ ਸਭ ਤੋਂ ਮੰਦਭਾਗੀ ਘਟਨਾ ਇਹ ਆ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਲੋਗਾ ਦਾ ਇੰਨਾ ਕੁ ਮੋਹ ਭੰਗ ਹੋ ਗਿਆ ਕਿ ਉਹਨਾਂ ਦੇ ਕੋਲ ਜਲੰਧਰ 'ਚ ਲੜਾਉਣ ਵਾਸਤੇ ਕੈਂਡੀਡੇਟ ਨਹੀਂ ਹੈਗਾ ਕੈਂਡੀਡੇਟ ਵੀ ਕਾਂਗਰਸ ਕੋਲੋਂ ਉਧਾਰਾ ਮੰਗਣਾ ਪੈ ਗਿਆ ਜਿਹੜਾ ਵੀ ਕੈਂਡੀਡੇਟ ਉਹਨਾਂ ਨੇ ਦਿੱਤਾ ਕਾਂਗਰਸ ਕੋਲੋਂ ਉਧਾਰਾ ਮੰਗਿਆ ਜੁਆਇਨ ਕਰਾਇਆ ਗਿਆ ਰੂਲਿੰਗ ਪਾਰਟੀ ਕਿੱਡੀ ਵੱਡੀ ਵਿਡੰਬਣਾ ਹੈ ਕਿ ਉਹਨਾਂ ਕੋਲ ਕੈਂਡੀਡੇਟ ਨਹੀਂ ਜਦ ਕੇ 6 ਮਹੀਨੇ ਪਹਿਲਾਂ ਸਾਲ ਪਹਿਲਾਂ ਜਦੋਂ ਸਰਕਾਰ ਬਣੀ ਹੈ 92 ਲੋਗ ਜਿੱਤ ਕੇ ਆਏ ਆ ਅਗਰ ਇਹ ਵਾਕਈ ਲੋਕਾਂ ਦੇ ਹਿੱਤ ਚ ਇਹਨਾਂ ਨੇ ਕੋ ਕੰਮ ਕੀਤੇ ਹੁੰਦੇ ਤੇ ਵੱਡੇ ਵੱਡੇ ਨੇਤਾ ਇਹਨਾਂ ਦੇ ਜਿਹੜੇ ਆ ਉਹ ਆ ਕੇ ਲੋਕਾਂ ਨੂੰ ਫੇਸ ਕਰਨ ਲਈ ਫੇਸ ਕਰਦੇ ਅੱਜ ਇੰਨਾ ਵੱਡਾ ਮੰਤਰੀ ਮੰਡਲ ਐਡੇ ਵੱਡੇ 92 ਐਮਐਲਏਾਂ ਦੀ ਫੌਜ ਐਡੇ ਵੱਡੇ ਲੀਡਰ ਕੇਜਰੀਵਾਲ ਹੋਰ ਕਿਨੇ ਨਾਮ ਹੂੰ ਆ ਕਈ 6 ਲੋਗ ਇਹਨਾਂ ਨੇ ਜਿਹੜੇ ਹਾ ਰਾਜ ਸਭਾ ਚ ਭੇਜੇ ਆ ਬੜੇ ਵੱਡੇ ਸੰਤ ਬੜੇ ਵੱਡੇ ਇੰਡਸਟਰੀਅਲਿਸਟ ਬੜੇ ਵੱਡੇ ਵਪਾਰੀ ਕਿ ਆ ਉਹਨਾਂ ਦੇ ਕੋਲ ਕੈਂਡੀਡੇਟ ਹੀ ਹੈ ਨਹੀਂ ਜਲੰਧਰ ਲੜਾਉਣ ਵਾਸਤੇ ਜਿਹੜਾ ਸੁਸ਼ੀਲ ਰਿੰਕੂ ਨੂੰ ਕਾਂਗਰਸ ਤੋਂ ਜੁਆਇਨ ਕਰਾ ਕੇ ਛੜਾ ਕੇ ਤੇ ਇਥੇ ਔਰ ਦੂਸਰੀ ਚੀਜ਼ ਇਹ ਤਾਂ ਸਾਫ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਔਰ ਅਰਵਿੰਦ ਕੇਜਰੀਵਾਲ ਦੇ ਆਰ 2 ਇਨ 1 ਹੈਂਡ ਇਨ ਗਲਵ ਇਹ ਫੈਸਲੇ ਦਿੱਲੀ ਬੈਠ ਕੇ ਹੋਏ ਆ ਔਰ ਦਿੱਲੀ ਕੇਜਰੀਵਾਲ ਸਾਹਿਬ ਨੇ ਕਿਹਾ ਹੋਣਾ ਕਿ ਸਾਨੂੰ ਜਿਲੰਦਰ ਵਾਸਤੇ ਕੋਈ ਦੇ ਦਿਓ ਜਨਾਬ ਤੁਸੀਂ ਪ੍ਰਿੰਸਾ ਗਾਂਧੀ ਪਰਿਵਾਰ ਦੇ ਉਹਨਾਂ ਨੇ ਰਿੰਕੂ ਨੂੰ ਕਿਹਾ ਜਾ ਯਾਰ ਤੂੰ ਉਧਰ ਚੱਲ ਜਾ ਜਾ ਕੇ ਉਥੋਂ ਲੈਚਨ ਲੜਾ ਕਿਉਂਕਿ ਰਿੰਕੂ ਕਾਂਗਰਸ ਦਾ ਕੈਂਡੀਡੇਟ ਸੀ ਰਿੰਕੂ ਚੰਦਾ ਸੀ ਵੀ ਮੈਨੂੰ ਕਾਂਗਰਸ ਦਾ ਮੈਂਬਰ ਪਾਰਲੀਮੈਂਟ ਵਾਸਤੇ ਲੜਾਇਆ ਜਾਵੇ ਇਸ ਬਾਈ ਇਲੈਕਸ਼ਨ ਦੇ ਵਿੱਚ ਉਹ ਉਹਨਾਂ ਦੀ ਟਿਕਟ ਨਹੀਂ ਕੱਟੀ ਕੱਟੀ ਗਈ ਉਹਦੀ ਟਿਕਟ ਔਰ ਉਹਦੇ ਬਦਲੇ ਦੇ ਵਿੱਚ ਉਨੋਂ ਅਸ਼ਾਰਾ ਆਇਆ ਜਾ ਸਾਡੇ ਲੋਕਲ ਵਿਧਾਇਕ ਜਿਹੜੇ ਆ ਉਹਨਾਂ ਦਾ ਤਾਂ ਪੁੱਤਰਾ ਵਰਗਾ ਵਾ ਉਸ ਜਲੰਧਰ ਦੇ ਇਲੈਕਸ਼ਨ ਇੰਚਾਰਜ ਰਾਣਾ ਗੁਰਜੀਤ ਜੀ ਹਨ ਕਬੂਤਰਲੇ ਤੋਂ ਤੇ ਉਹ ਵਿਧਾਇਕ ਨੇ ਲੇਕਿਨ ਜਲੰਧਰ ਦੇ ਉਹ ਇਲੈਕਸ਼ਨ ਇੰਚਾਰਜ ਆ ਔਰ ਰਿੰਕੂ ਜਿਹੜਾ ਉਹਨਾਂ ਦਾ ਪੁੱਤਰਾ ਵਰਗਾ ਉਹ ਕਿਸ ਤਰ੍ਹਾਂ ਚਲਾ ਗਿਆ ਕਿਸੇ ਨਾ ਕਿਸੇ ਇਸ਼ਾਰੇ ਤੇ ਮਤਲਬ ਸਾਫ ਗੱਲ ਹੈ ਕਿ ਕਾਂਗਰਸ ਔਰ ਆਮ ਆਦਮੀ ਪਾਰਟੀ ਕੇਜੀ ਵਾਲਦੀਪ ਖੰਢੀ ਆਦਮੀ ਦੀ ਇਹ ਦੋਨੋਂ ਇੱਕੋ ਹੀ ਨੇ ਇਹ ਦੇਸ਼ ਵਿਰੋਧੀ ਵਿਰੋਧ ਦੇਸ਼ ਦੇ ਵਿਰੋਧ ਵਿੱਚ ਬੋਲਣ ਦੇ ਆਦੀ ਆ ਉਹ ਦੇਸ਼ ਤੋਂ ਬਾਹਰ ਬੋਲਦਾ ਹੈ ਦੇਸ਼ ਦੇ ਅੰਦਰ ਬੈਠ ਕੇ ਦੇਸ਼ ਦੇ ਖਿਲਾਫ ਬੋਲਦਾ ਸੋਈ ਕੁਝ ਨਹੀਂ ਹੋਣਾ ਇਹਨਾਂ ਨੂੰ ਲੋਕਾਂ ਨੇ ਮੂੰਹ ਨਹੀਂ ਲਾਉਣਾ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਅੰਦਰੋਂ ਬਹੁਤ ਵੱਡੀ ਜਿੱਤ ਹਾਸਲ ਕਰਕੇ ਆਏਗਾ ਜਿਹੜਾ ਵੀ ਕੈਂਡੀਡੇਟ ਹੋਏਗਾ ਲੋਕਾਂ ਨੇ ਕਮਲ ਦੇ ਨਿਸ਼ਾਨ ਨੂੰ ਮੋਦੀ ਜੀ ਦੇਖ ਕੇ ਵੋਟ ਪਾਣੀ ਹੈ ਪਿੱਛੇ ਛੱਡ ਦਿੱਤਾ ਉੱਥੇ ਅਸੀਂ ਸਾਡੇ ਕੋਲ ਉੱਥੇ ਸਿਰਫ ਆਮ ਆਦਮੀ ਪਾਰਟੀ ਰੋਲਿੰਗ ਪਾਰਟੀ ਹੋਣ ਦੇ ਬਾਵਜੂਦ ਉੱਥੇ ਹਾਰੀ ਉੱਥੇ ਹਾਰੀ ਔਰ ਉਹ ਟ੍ਰੈਡੀਸ਼ਨਲ ਅਕਾਲੀ ਸੀਟ ਸੀ ਆਮ ਆਦਮੀ ਪਾਰਟੀ ਭਗਵੰਤ ਸਿੰਘ ਮਾਨ ਦੋ ਵਾਰ ਉੱਥੋਂ ਮੈਂਬਰ ਪਾਰਲੀਮੈਂਟ ਬਣ ਚੁੱਕੇ ਸੀ ਫੇਰ ਵੀ ਉਹਨਾਂ ਦਾ ਕੈਂਡੀਡੇਟ ਦਾ ਹਾਰਨਾ ਔਰ ਸਵਾ ਲੱਖ ਡੇਢ ਲੱਖ ਵੋਟ ਤੇ ਹਾਰਨਾ ਅਕਾਲੀ ਦਲ ਦਾ ਚੌਥੇ ਨੰਬਰ ਤੇ ਜਾਣਾ ਔਰ ਭਾਜਪਾ ਨੂੰ 2 ਲੱਖ ਤੋਂ ਵੱਧ ਵੋਟ ਉਥੇ ਮਿਲਣਾ ਇਹ ਲੋਕਾਂ ਦਾ ਉਸ ਵੇਲੇ ਸਿਗਨਲ ਦਿੱਤਾ ਸੀ ਕਿ ਆਉਣ ਵਾਲਾ ਪੰਜਾਬ ਦੇ ਅੰਦਰ ਭਵਿੱਖੇ ਭਾਰਤੀ ਜਨਤਾ ਪਾਰਟੀ ਦਾ ਬਹੁਤ ਉਜਵਲ ਹੈ ਭਾਜਪਾ ਦੀ ਬੀ ਟੀਮ ਕਿਤਾ ਬੀ ਟੀਮ ਦੇ ਬੰਦੇ ਦਾ ਜਿਹੜੇ ਏ ਟੀਮ ਦੇ ਬੰਦੇ ਹੁਣ ਬੀ ਟੀਮ 'ਚ ਜਾਂਦੇ ਪਏ ਕਾਂਗਰਸ ਦੇ ਬੰਦੇ ਆਮ ਆਦਮੀ ਪਾਰਟੀ ਆਮ ਆਦਮੀ ਦੇ ਪੱਲੇ ਬੰਦੇ ਕਾਂਗਰਸ ਦੀ ਟੀਮ ਦੇ ਵਿੱਚ ਹੈ ਉਹ ਮੇਰਾ ਬੱਚਾ ਮਰਜ਼ੀ ਦੇ ਬਿਨਾਂ ਕਿਸ ਤਰ੍ਹਾਂ ਕੰਮ ਕਰ ਸਕਦਾ ਮੇਰਾ ਸਵਾਲ ਹੈ ਔਰ ਇਹ ਸਵਾਲ ਮੇਰਾ ਸਿੱਧਾ ਸਵਾਲ ਜਿਹੜਾ ਵਾ ਕਪੂਰਥਲਾ ਦੇ ਲੋਕਲ ਵਿਧਾਇਕ ਔਰ ਜਲੰਧਰ ਦੇ ਇਲੈਕਸ਼ਨ ਇਨਚਾਰਜ ਰਾਣਾ ਗੁਰਦੀਪ ਸਿੰਘ ਜੀ ਨੂੰ ਹੈ ਕਿ ਤੁਹਾਡੇ ਤੋਂ ਕਿਸ ਤਰ੍ਹਾਂ ਸੁਸ਼ੀਲ ਸਿੰਘ ਉਦਾ ਵਿਸ਼ਵਾਸ ਉੱਡ ਗਿਆ ਕਿ ਕਿਉਂਕਿ ਰਾਹੁਲ ਗਾਂਧੀ ਔਰ ਉਹ ਉਹ ਜਿਹੜਾ ਪਪੂ ਰਾਹੁਲ ਗਾਂਧੀ ਔਰ ਗੱਪੂ ਜਿਹੜਾ ਨਾਲ ਉਹ ਔਰ ਕੇਜਰੀਵਾਲ ਇਹ ਦੋਨਾਂ ਦੇ ਵਿੱਚ ਵਿਚਾਰ ਬੈਠ ਕੇ ਫੈਸਲੇ ਹੁੰਦੇ ਆ ਉਤੋਂ ਤਾਂ ਆਦੇਸ਼ ਹੀ ਆਂਦੇ ਆ ਮੈਂ ਕਹ ਦੂੰ ਕਿ ਨਾਮ ਸਹੀ ਹੁੰਦੇ ਪੀਓ ਪਾਲਿਸੀਜ਼ ਨੂੰ ਅਡਾਪਟ ਕਰਨਾ ਪਾਲਿਸੀਜ਼ ਦੇ ਉੱਤੇ ਆਪਣੀ ਆਈਡੀਓਲੋਜੀ ਨੂੰ ਬਣਾਉਣਾ ਇਹ ਹਰ ਬੰਦੇ ਨੂੰ ਲੋਕਤੰਤਰ ਦੇ ਵਿੱਚ ਅਧਿਕਾਰ ਹੈ ਲੇਕਿਨ ਜਿਹੜਾ ਵਿਅਕਤੀ 3 ਦਿਨ ਪਹਿਲਾਂ 4 ਦਿਨ ਪਹਿਲਾਂ 15 ਦਿਨ ਪਹਿਲਾਂ ਪ੍ਰੋਬੇਬਲ ਕੈਂਡੀਡੇਟ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਦੀ ਬਾਈ ਇਲੈਕਸ਼ਨ ਵਾਸਤੇ ਸੀ ਉਹ ਛੱਡ ਕੇ ਆਮ ਆਦਮੀ ਪਾਰਟੀ 'ਚ ਜਾ ਰਿਹਾ ਹੈ। ਮੈਂ ਤਾਂ ਫਿਰ ਮੇਰੀ ਗੱਲ ਦਾ ਜਵਾਬ ਤੁਸੀਂ ਆਪਣੇ ਸਵਾਲ ਦਾ ਜਵਾਬ ਆਪ ਦੇ ਰਹੇ ਹੋ ਔਰ ਮੈਂ ਤਾਂ ਮੈਨੂੰ ਤਾਂ ਮੇਰੀ ਗੱਲ ਜਿਹੜੀ ਉਹ ਤੁਹਾਡੀ ਗੱਲ ਤੇ ਮੋਹਰ ਲਾ ਰਹੀ ਹੈ। ਤੁਸੀਂ ਮੇਰੀ ਜਿਹੜੀ ਗੱਲ ਮੈਂ ਕਹਿ ਰਿਹਾ ਕਿ ਕਾਂਗਰਸ ਔਰ ਆਮ ਆਦਮੀ ਪਾਰਟੀ ਅੰਦਰੋਂ ਇੱਕ ਨਹੀਂ। ਔਰ ਦੇਸ਼ ਦੇ ਵਿਰੋਧ ਵਿੱਚ ਬੋਲਣ ਲੱਗਿਆ ਝਿਚਕਦੇ ਨਹੀਂ ਹਿਚਕਦੇ ਨਹੀਂ। ਇਹ ਦੇ ਆਰ ਦੇ ਕਰਾਸ ਆਲ ਦਾ ਬਾਰਡਰਸ ਪਪੂ ਦੇਸ਼ ਤੋਂ ਬਾਹਰ ਜਾ ਕੇ ਦੇਸ਼ ਦੇ ਵਿਰੋਧ ਚ ਬੋਲਣ ਲਈ ਬੇਸ਼ਰਮ ਬਣ ਜਾਂਦਾ ਔਰ ਦੇਸ਼ ਵਿਰੋਧੀ ਤਾਕਤਾਂ ਦੇ ਹੱਕ ਚ ਬੋਲਣ ਲਈ ਅਰਵਿੰਦ ਕੇਜਰੀਵਾਲ ਇੱਕ ਸਕਿੰਟ ਲਾਂਦਾ